ਤੁਸੀਂ ਬੜੇ ਚੰਗੇ ਉਹਦੇ ਕੀ ਜਵਾਬ ਆਉਂਦਾ ਉਸੇ ਅੱਗੇ ਪਾਕ ਨੇ ਜਦੋਂ ਅਸੀਂ ਕਹਿੰਦੇ ਸੁਭਾਨ ਅੱਲਾ ਫਰਿਸ਼ਤਿਆਂ ਨੂੰ ਪੁੱਛਦੇ ਨੇ ਕੀ ਕਹਿੰਦੇ ਉਹਨਾਂ ਕਹਿੰਦਾ ਮੌਲਾ ਜੀ ਕਹਿੰਦੇ ਜੇ ਤੁਸੀਂ ਪਾਕ ਹੋ ਉਹਨਾਂ ਕਹਿੰਦਾ ਫਿਰ ਗੁਆਰ ਹੋਵੇ ਵੀ ਪਾਕ ਨੇ ਵੱਡੇ ਘਰੋਂ ਭਾਂਡਾ ਖਾਲੀ ਨਹੀਂ ਆਉਂਦਾ ਵੱਡੇ ਘਰੋਂ ਕਿਸੇ ਆਲਾ ਘਰ ਕੋਈ ਸ਼ਾਇਦ ਤੋਹਫਾ ਘੱਲਿਆ ਹੋਵੇ ਉਹ ਪਲੇਟ ਖਾਲੀ ਨਹੀਂ ਕਰਦੇ ਤੇ ਉਹ ਸ਼ਹਿਨਸ਼ਾਹ ਕਰੀਮ ਜਦੋਂ ਤੁਸੀਂ ਕਹੋ ਸੁਭਾਨ ਅੱਲਾ ਤੇ ਫਿਰ ਉਧਰੋਂ ਪਲੇਟ 'ਚ ਕੀ ਆਵਾਜ਼ ਆਉਂਦੀ ਹੈ ਤੁਸੀਂ ਵੀ ਸੁਭਾਨ ਅੱਲਾ ਹੀ ਹੋ ਇੱਕ ਵਾਰੀ ਆਵਾਜ਼ ਆਵੇ ਫਿਰ ਪੂਰੀ ਮੀਆਂ ਸਾਹਿਬ ਰਹਿਮਤੁੱਲਾ ਅਲੈਹ ਨੇ ਹਜ਼ੂਰ ਜੀ ਸੁਫਾ ਸੁਹਾਬਾ ਦੀ ਉਹ ਜਿਹੜੀ ਮਜਲੇ ਸੀ ਨਾ ਉਹਦਾ ਜ਼ਿਕਰ ਕੀਤਾ ਤੇ ਇੱਕ ਸੁਖਨ ਜ਼ਰਾ ਗੌਰ ਕਰਨਾ ਹਜ਼ਰਤ ਅਬੂ ਬਕਰ ਸਦੀਕ ਪੇ ਕਹਿੰਦੇ ਨੇ ਹਜ਼ੂਰ ਵੱਲ ਵੇਖ ਕੇ ਸੋਬਤ ਮਜਲਸ ਏ ਪੀਰ ਮੇਰੇ ਦੀ ਬਿਹਤਰ ਨਫਲ ਨਮਾਜ਼ੋ ਸੁਖਨ ਸ਼ਰੀਫ ਨਾਦਾ ਤੇ ਮਹਿਰਮ ਕਰ ਦਹਰਾਜ਼ੋ ਕਿਆ ਕਹੇ ਇੱਕ ਇੱਕ ਸੁਖਨ ਅੱਜ ਉਹਨਾਂ ਸੁਬਾ ਸੁਹਾਬਾ ਗੱਲਾਂ ਸੁਣੀਆਂ ਨੇ ਤੇ ਅੱਜ ਅਸੀਂ ਵੀ ਅਮਲ ਕਰ ਲਿਆ ਜੇ ਸਾਰੇ ਨਫਲ ਹੀ ਪੜ੍ਹਦੇ ਰਹਿੰਦੇ ਤੇ ਕੀ ਅੱਗੋਂ ਮੈਂ ਫਰਮਾਉਂਦੇ ਨੇ ਇਹਦਾ ਰੱਖੋ ਇਹ ਬੜਾ ਹੀ ਗੌਰ ਵਾਲਾ ਛੇ ਤੇ ਆਪਣੀ ਕਰੀ ਹੋਤੀ ਹੈ ਦੁਆਏ ਮੁਸਤਜਾਬ ਕੁਛ ਵਕਤ ਹੈ ਖਾਸ ਖਾਸ ਕੁਛ ਅਦਾਏ ਹੈ ਖਾਸ ਖਾਸ ਆਪਣੀ ਕਰੀ ਤਲਾਸ਼ ਜ਼ਰੂਰੀ